ਲੱਭੀ।
ਅਤੇ ਉਹ ਉਹਨੂੰ ਪਾਤਸ਼ਾਹ ਦੇ ਕੋਲ ਲੈ ਆਏ। ਉਹ ਮੁਟਿਆਰ ਡਾਢੀ ਸੋਹਣੀ ਸੀ, ਸੋ ਉਹ ਪਾਤਸ਼ਾਹ ਦੀ ਸੇਵਾਦਾਰਨੀ ਹੋਈ ਅਤੇ ਉਸਦੀ ਖਬਰ ਰੱਖਦੀ ਸੀ, ਪਰ ਪਾਤਸ਼ਾਹ ਨੇ ਉਸ ਨਾਲ ਸੰਗ ਨਾ ਕੀਤਾ। ਪ੍ਰਭ ਤੁਹਾਨੂੰ ਬੜੀ ਬਰਕਤ ਦੇ, ਬੜੀ ਆਸ਼ੀਸ਼ ਦੇ, ਤੁਸੀਂ ਸਭ ਬੈਠ ਸਕਦੇ ਹੋ। ਹਾਲੇਲੂਇਆ, ਹਾਲੇਲੂਇਆ, ਖੁਦਾਵੰਦ ਯਿਸੂ ਮਸੀਹ ਦੇ ਨਾਮ ਨੂੰ ਮਹਿਮਾ ਮਿਲੇ। ਉਹੀ ਵਡਿਆਏ, ਸਲਾਹੇ, ਜਾਣਨੇ ਯੋਗ ਹੈ। ਹਾਲੇਲੂਇਆ, ਕਿਉਂਕਿ ਸਾਰੀਆਂ ਯੋਗਤਾਵਾਂ ਖੁਦਾਵੰਦ ਯਿਸੂ ਮਸੀਹ ਦੇ ਅੰਦਰ ਪਾਈਆਂ ਜਾਂਦੀਆਂ ਹਨ, ਤੇ ਸਾਰੀਆਂ ਅਯੋਗਤਾਵਾਂ ਮਨੁੱਖਾਂ ਦੇ ਅੰਦਰ ਪਾਈਆਂ ਜਾਂਦੀਆਂ ਹਨ। ਯੋਗਤਾ ਸਿਰਫ ਉਸੇ ਦੀ ਹੈ, ਔਰ ਉਹੀ ਮਹਾਨ ਹੈ, ਉਹੀ ਉਹਦਾ ਵਚਨ ਸ਼੍ਰੋਮਣੀ ਹੈ, ਉਹ ਕੱਲ ਅੱਜ ਤੇ ਯੁਗੋ ਯੁਗ ਇੱਕੋ ਜਿਹਾ ਹੈ। ਜੇ ਕਿਤੇ ਮਨੁੱਖ ਕਿਸੇ ਕੰਮ ਦੇ ਯੋਗ ਬਣਦਾ ਹੈ, ਤੇ ਉਹ ਉਦੋਂ ਜਦੋਂ ਉਹਦੇ ਨਾਲ ਮੁਲਾਕਾਤ ਹੁੰਦੀ ਹੈ। ਸੁਣਾਈਆਂ ਜਾਣ ਤੇ ਹਾਸਾ ਵੀ ਤੁਹਾਨੂੰ ਬੜਾ ਆਉਣਾ, ਦੁੱਖ ਵੀ ਬੜਾ ਆਉਣਾ ਕਿ ਕਿੱਦਾਂ ਹੀ ਕੰਮ ਕਰਦੇ ਆ। ਹਾਲੇਲੂਇਆ, ਧੰਨਵਾਦ ਹੋਵੇ। ਔਰ ਅਸੀਂ ਕਈਆਂ ਪਿੰਡਾਂ ਵਿੱਚ ਜਾਂਦੇ ਹਾਂ, ਕੋਈ ਪੁੱਛਦਾ ਹੈ, ਕੋਈ ਨਹੀਂ ਪੁੱਛਦਾ ਹੈ, ਫਿਰ ਅਸੀਂ ਹਰ ਹਾਲ ਚ ਖੁਦਾਵੰਦ ਯਿਸੂ ਮਸੀਹ ਦਾ ਧੰਨਵਾਦ ਕਰਦੇ ਹਾਂ। ਆਮੇਨ। ਹੁਣ ਇਹ ਤਾਜ਼ੀ ਗੱਲ ਹੈ, ਅਸੀਂ ਸਾਰਾ ਦਿਨ ਕੰਮ ਕਰ ਪ੍ਰਭੂ ਦਾ ਨਾਂ ਗਲੀਆਂ ਬਾਜ਼ਾਰਾਂ ਚ ਲੈ ਰਹੇ ਸਾਂ, ਔਰ ਲੋਕ ਇਕੱਠੇ ਹੋ ਜਾਂਦੇ ਹਨ। ਸਾਡੇ ਕੋਲ ਇੱਕ ਚਾਰਜਿੰਗ ਵਾਲਾ ਸਾਊਂਡ ਹੈ ਤੇ ਉਹ ਸਾਨੂੰ ਪ੍ਰਭੂ ਨੇ ਦਿੱਤਾ ਹੈ। ਲੱਭ ਪਿਆ ਵੀ ਕਿਤੇ, ਯਾਨੀ ਕਿ ਬਾਈਬਲ ਚ ਲਿਖਿਆ ਪਰਮੇਸ਼ੁਰ ਦੀਆਂ ਭੇਟਾਂ ਵਾ, ਪਰਮੇਸ਼ੁਰ ਦੇ ਘਰ ਵਿੱਚ ਆਪਣੇ ਆਪ ਹੀ ਸਮੇਂ ਸਿਰ ਪਹੁੰਚ ਜਾਂਦੀਆਂ, ਜਿੱਥੇ ਉਹਨਾਂ ਦੀ ਜ਼ਰੂਰਤ ਜ਼ਿਆਦਾ ਹੋਵੇ, ਲੋੜ ਜ਼ਿਆਦਾ ਹੋਵੇ। ਹਾਲੇਲੂਇਆ। ਤਾਂ ਪ੍ਰਭੂ ਦਾ ਧੰਨਵਾਦ, ਅਸੀਂ ਆਵਾਜ਼ ਦਿੰਦੇ ਹਾਂ ਤੇ ਲੋਕ ਇਕੱਠੇ ਹੋ ਜਾਂਦੇ ਹਨ। ਬੜੀ ਹੈਰਾਨੀ ਦੀ ਗੱਲ ਆ ਕਿ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ, ਬਸ ਦੋ ਗੀਤਾਂ ਦੇ ਨਾਲ ਇੱਥੋਂ ਤੱਕ ਜਿੰਨੇ ਤੁਸੀਂ ਬੈਠੇ ਹੋ ਨਾ ਸਾਰੇ ਜਾਣੇ, ਇੰਨੇ ਇੰਨੇ ਲੋਕ ਵੀ ਇਕੱਠੇ ਹੋ ਜਾਂਦੇ। ਔਰ ਏਦਾਂ ਕਿਤੇ ਲੋਕਲ ਮੀਟਿੰਗ ਰੱਖੀ ਹੋਈ ਤੇ ਘਰ ਘਰ ਜਾ ਕੇ ਕਹੋ ਤੇ ਇੰਨੇ ਇਕੱਠੇ ਹੁੰਦੇ ਨਹੀਂ, ਔਰ ਯਿਸੂ ਮਸੀਹ ਦੀ ਕਿਰਪਾ ਦੇ ਨਾਲ ਲੋਕ ਇਕੱਠੇ ਹੋ ਜਾਂਦੇ। ਹਾਲੇਲੂਇਆ, ਧੰਨਵਾਦ। ਅਸੀਂ ਕਿਤੇ ਦੁਪਹਿਰ ਦੇ ਵੇਲੇ ਕਿਸੇ ਨੇ ਸਾਨੂੰ ਕਿਹਾ, ਜੇ ਕੋਈ ਤੁਹਾਨੂੰ ਨਾ ਪੁੱਛੇ ਕਹਿੰਦੇ ਰਾਤ ਕਿੱਥੇ ਰਹਿਣਾ, ਅਸੀਂ ਅੱਗੇ ਹਜੇ ਪਤਾ ਕੋਈ ਨਹੀਂ ਤੇ ਅਸੀਂ ਗਾਹ ਅਗਲੇ ਪਾਸੇ ਜਾਣਾ, ਬਹੁਤ ਵੱਡਾ ਪਿੰਡ ਆ, ਉੱਥੇ ਵਾਕਫੀ ਵੀ ਆ ਸਾਡੀ, ਤੇ ਉਹਨਾਂ ਸਾਨੂੰ ਰਹਿਣ ਵੱਲੋਂ ਕਹਿ ਹੀ ਦੇਣਾ। ਬੜੀ ਉਮੀਦ ਨਾਲ, ਬੜੀ ਆਸ ਨਾਲ ਗਏ ਉੱਥੇ, ਉਧਰੋਂ ਮੀਂਹ ਵੀ ਪੈ ਗਿਆ। ਹਾਂ, ਨਿਕਾ ਨਿਕਾ ਮੀਂਹ ਵੀ ਸੱਚ ਚੇਤਾ ਆ ਗਿਆ, ਲਿਖਿਆ ਇੱਕ ਤੋਂ ਦੋ ਚੰਗੇ ਆ, ਮੀਂਹ ਦਾ ਵੀ ਚੇਤਾ ਵਿੱਚ ਆ ਜਾਂਦਾ। ਹਾਲੇਲੂਇਆ। ਤੇ ਉੱਥੇ ਉਹਨਾਂ ਨੇ ਸ਼ਾਮ ਦਾ ਟਾਈਮ ਸੀ, ਅਕਸਰ ਪਾਦਰੀ ਲੋਕ ਜਿਹੜੇ ਆ ਮਿਸ਼ਨਾਂ ਵਾਲੇ ਸ਼ਾਮ ਨੂੰ ਚਰਚ ਲਾ ਦਿੰਦੇ, ਯਾਨੀ ਕਿ ਕਹਿਣ ਦਾ ਮਤਲਬ ਆ ਵੀ ਆਪਣੇ ਮੂੰਹ ਤੋਂ ਨਹੀਂ ਲਾਉਂਦੇ, ਉਹ ਮਸ਼ੀਨ ਲਾ ਦਿੰਦੇ, ਮਸ਼ੀਨੀ ਭਗਤੀ। ਅਸੀਂ ਤੇ ਆਪਣੇ ਮੂੰਹ ਤੋਂ ਡਏ ਸੀਗੇ, ਉਹ ਪਾਸਟਰ ਸਾਡੇ ਸਾਹਮਣੇ ਨਿਕਲਿਆ, ਮੇਰੇ ਨਾਲ ਹੱਥ ਵੀ ਉਹਨੇ ਸੁੱਟਿਆ, ਮੇਰਾ ਵਾਕਫ ਵੀ ਸੀਗਾ, ਵਾਕਫੀ ਕਰਕੇ ਤੁਸੀਂ ਗਏ ਕਿ ਦਰਾਰ ਰੱਖ ਕੇ ਲੈਣਾ, ਵਾਕਫ ਸੀਗਾ, ਹੱਥ ਚ ਸੁੱਟ ਕੇ ਗਿਆ ਤੇ ਜਾ ਕੇ ਜੀ ਉਹਨੇ ਸਪੀਕਰ ਲਾ ਤਾ ਆਪਣਾ ਚਰਚ ਦਾ। ਹਾਲੇਲੂਇਆ। ਔਰ ਸਾਡੀ ਆਵਾਜ਼ ਥੋੜੀ ਜਿਹੀ ਘੱਟ ਹੋ ਗਈ, ਇੱਕ ਮਾੜਾ ਜਿਹਾ ਬੈਕ ਲੱਗਾ ਸੀ, ਕਹਿੰਦਾ ਕਹਿੰਦਾ ਤੁਸੀਂ ਕੌਣ, ਮੈਂ ਕਿਹਾ ਪ੍ਰਭੂ ਦੇ ਸੇਵਕ ਆ, ਕਹਿੰਦਾ ਅਸੀਂ ਨੀ ਮੰਨਦੇ ਇਹੋ ਜਿਹਾ ਪ੍ਰਚਾਰ, ਪਾਦਰੀ ਤੇ ਚਰਚਾ ਚ ਹੋਣੇ ਚਾਹੀਦੇ ਆ, ਉਹਨਾਂ ਦਾ ਕੋਈ ਸਟੈਂਡਰਡ ਆ, ਉਹ ਤੇ ਇੱਦਾਂ ਨੀ ਤੁਹਾਡੇ ਕੋਲ ਗਲੀਆਂ ਚ ਫਿਰਦੇ, ਤੁਸੀਂ ਕਹਿ ਦਿੱਤਾ ਸੀ, ਉਹਨੇ ਕਹਿੰਦਾ ਮੰਗਦੇ ਫਿਰਦੇ ਤਾਂ। ਪੌਲਸ ਨੇ ਕਿਹਾ ਸੀ ਮਨੁੱਖਾਂ ਤੇ ਦੂਤਾਂ ਸਾਹਮਣੇ ਤਮਾਸ਼ਾ ਬਣਿਆ, ਤਮਾਸ਼ਾ ਨੇ ਕਿਹਾ ਲੋਕਾਂ ਦੇ ਸਾਹਮਣੇ, ਪ੍ਰਭੂ ਯਿਸੂ ਮਸੀਹ ਦੇ ਸੇਵਕ ਇੱਦਾਂ ਹੀ ਸੀਗੇ। ਹਾਲੇਲੂਇਆ, ਹਾਲੇਲੂਇਆ, ਧੰਨਵਾਦ ਹੋਵੇ। ਆਮੇਨ।
ਔਰ ਇੱਥੇ ਰਾਤ ਕਿਸੇ ਨੇ ਰੱਖਿਆ ਹੀ ਨਹੀਂ ਸਾਨੂੰ। ਬੱਦਲ ਵਰਦਾ ਹੀ ਨਿੱਕਾ ਨਿੱਕਾ ਮੀਂਹ ਪੈਂਦਾ, ਮੈਂ ਕਿਹਾ ਭਾਈ ਹੁਣ ਕੀ ਕਰੀਏ। ਸਾਨੂੰ ਚੇਤਾ ਕਰੋ ਦੁਪਹਿਰੇ ਸਾਨੂੰ ਕਿਸੇ ਨੇ ਕਿਹਾ ਸੀ ਉਹਨਾਂ ਦਾ ਨੰਬਰ ਲਾਈਏ, ਨੰਬਰ ਲੱਗੇ ਨਾ, ਪਰ ਉਹਨਾਂ ਕਿਹਾ ਵੀ ਆ ਜਾਇਓ ਤੁਸੀਂ। ਸੋਚ ਸਾਚ ਕੇ ਉੱਧਰ ਨੂੰ ਰਾਤ ਖਿੱਚ ਲਿਆ, ਫਿਰ ਮੋਟਰਸਾਈਕਲ ਜਿੱਥੋਂ ਆਏ ਸੀ ਕਿੰਨੀ ਪਿੱਛੇ ਜਾਣਾ ਪਿਆ। ਹਾਲੇਲੂਇਆ। ਤੇ ਉਹਨਾਂ ਨੇ ਸਵਾਗਤ ਕੀਤਾ, ਸਾਨੂੰ ਰਾਤ ਰੱਖਿਆ, ਵਚਨ ਸੁਣਿਆ, ਆਦਰ ਕੀਤਾ, ਰੋਟੀ ਦੇਣੀ ਖਵਾਲ ਕੇ ਭੇਜਿਆ। ਤੋਂ ਇਹੋ ਜਿਹੇ ਹਾਲਾਤ ਹਨ। ਹਾਲੇਲੂਇਆ। ਧੰਨਵਾਦ ਯਿਸੂ ਮਸੀਹ ਦਾ। ਭਾਈ ਹੁਣੀ ਚੌਥ ਹੁਣੀ ਪਹਿਲਾਂ ਗੱਲ ਕਰਦੇ ਸੀਗੇ, ਮੈਂ ਕਹਿ ਜ਼ਿਆਦਾ ਖੁਸ਼ੀ ਮੈਨੂੰ ਰਾਸ ਨਹੀਂ ਆਉਂਦੀ, ਜਿੱਦਾਂ ਕਈਆਂ ਨੂੰ ਗਰਮੀ ਬਹੁਤੀ ਰਾਸ ਨਹੀਂ ਆਉਂਦੀ, ਠੰਡ ਬਹੁਤੀ ਰਾਸ ਨਹੀਂ ਆਉਂਦੀ, ਜ਼ਿਆਦਾ ਖੁਸ਼ੀ ਵੀ ਰਾਸ ਆਉਂਦੀ। ਥੋੜ੍ਹਾ ਥੋੜ੍ਹਾ ਦੁਖੀ ਜਿਹਾ ਰਿਹਾ ਜਾਏ ਨਾ ਤੇ ਉਧਰੋਂ ਕੁਛ ਨਾ ਕੁਛ ਨਿਕਲਦਾ ਰਹਿੰਦਾ ਹੈ। ਹਾਲੇਲੂਇਆ। ਧੰਨਵਾਦ ਖੁਦਾ ਪ੍ਰਭੂ ਯਿਸੂ ਮਸੀਹ ਦਾ। ਯੂਪੀ ਵਾਲੀ ਦਵਾਈ ਬੜੀ ਕੰਮ ਕਰਦੀ। ਆਮੇਨ। ਕੋਈ ਕਹਿੰਦਾ ਕਿ ਜਾ ਕੇ ਉੱਥੇ ਪ੍ਰਚਾਰ ਕਰੋ ਜਿੱਥੇ ਕਿਤੇ ਸੁਣਿਆ ਨਹੀਂ, ਯੂਪੀ ਵੱਲ ਜਾਓ, ਬਿਹਾਰ ਵੱਲ ਜਾਓ। ਸਾਡੇ ਭਾਈ ਨੇ ਦੱਸਿਆ, ਕਹਿੰਦਾ ਉਹ ਗੱਲ ਸੁਣ ਮੇਰੀ ਧਿਆਨ ਨਾਲ, ਬੰਦਾ ਲਿਖ ਕੱਢਿਆ ਕਿ ਨਹੀਂ, ਇਹ ਯੂਪੀ ਜੇਲ੍ਹ ਚ ਰਹਿ ਗਿਆ। ਹਾਲੇਲੂਇਆ। ਹਾਲੇਲੂਇਆ। ਹੋਸ਼ ਉੱਡ ਗਏ ਉਹਦੇ। ਕੋਈ ਵੀ ਸਾਡਾ ਦੁੱਖ ਆ, ਪਰੇਸ਼ਾਨੀ ਆ, ਮਸੀਹ ਦੀ ਖਾਤਰ ਇਹ ਸਾਡੀ ਗਵਾਹੀ ਬਣਦਾ ਆ। ਹਾਲੇਲੂਇਆ। ਹਾਲੇਲੂਇਆ। ਸਭ ਕੁਛ ਜੋ ਹੁੰਦਾ ਆ ਭਾਈ ਵਿੱਚ ਲਿਖਿਆ ਸਾਡੇ ਭਲੇ ਲਈ ਹੁੰਦਾ ਆ। ਬੜੀ ਮੁਬਾਰਕਾਂ ਅਸੀਂ ਪ੍ਰਭੂ ਨੇ ਸਾਨੂੰ ਇਸ ਕੰਮ ਲਈ ਲਾਇਆ ਹੈ। ਹਾਲੇਲੂਇਆ। ਧੰਨਵਾਦ। ਅਸੀਂ ਸੜਕ ਦੇ ਉੱਤੇ ਘੁਟਨੇ ਟੇਕ ਲੈਂਦੇ ਹਾਂ, ਉਹ ਸੜਕ ਠੰਡੀ ਠਾਰ ਹੋਵੇ, ਔਰ ਉਹ ਸੜਕ ਦੇ ਉੱਤੇ ਘੁਟਨੇ ਟੇਕ, ਇੰਨਾ ਮਜ਼ਾ ਆਉਂਦਾ ਨਾ, ਬਹੁਤ ਜ਼ਿਆਦਾ ਆਉਂਦਾ ਕਿ ਨਹੀਂ? ਸਾਨੂੰ ਸੁਣਦਿਆਂ ਆਉਂਦਾ ਕਿ ਨਹੀਂ? ਹਾਲੇਲੂਇਆ। ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ ਮਸੀਹ ਦਾ, ਕਿਉਂਕਿ ਜੋ ਮੈਂ ਹਾਲਾਤ ਦੱਸ ਰਿਹਾ ਮੇਰੇ ਕੱਪੜਿਆਂ ਦੇ ਅਨੁਸਾਰ ਹੋਣੇ। ਹਾਲੇਲੂਇਆ। ਹਾਲੇਲੂਇਆ। ਇਸ ਕਰਕੇ ਸੱਚ ਮੰਨਿਓ ਇਹਨਾਂ ਗੱਲਾਂ ਨੂੰ, ਇੱਦਾਂ ਹੀ ਆ। ਆਮੇਨ। ਧੰਨਵਾਦ ਹੋਵੇ। ਅਸੀਂ ਦੇਖਦੇ ਹਾਂ ਕਿ ਜੋ ਪ੍ਰਚਾਰ ਸਾਡੇ ਕੋਲ ਅੰਜੀਲ ਪਹੁੰਚੀ ਹੈ, ਵਚਨ ਪਹੁੰਚਿਆ ਹੈ, ਇਹ ਲਹੂ ਤੇ ਤੈਰ ਕੇ ਆਇਆ ਹੈ। ਇਹਦੇ ਪਿੱਛੇ ਭੈਣਾਂ ਦੀਆਂ ਕੁਰਬਾਨੀਆਂ ਨੇ, ਭਾਈਆਂ ਦੀਆਂ ਕੁਰਬਾਨੀਆਂ ਨੇ, ਸ਼ਹੀਦਾਂ ਦਾ ਲਹੂ ਡਿਆ। ਹਾਲੇਲੂਇਆ। ਇਹਦਾ ਹੀ ਸੰਦੇਸ਼ ਸਾਡੇ ਕੋਲ ਨਹੀਂ ਆ ਗਿਆ? ਅੱਜ ਸਾਨੂੰ ਪੜ੍ਹਨ ਲੱਗੇ ਬੜੀ ਪਰੇਸ਼ਾਨੀ ਹੁੰਦੀ ਆ, ਟਾਈਮ ਦੀ ਗੱਲ ਕਰਦੇ ਆ, ਪਰ ਸਭ ਜਿਹੜੇ ਜਿਸ ਲੈਵਲ ਤੇ ਮੈਸੇਜ ਆ, ਜਿਸ ਲੈਵਲ ਦੇ ਉੱਤੇ ਹਾਲਾਤ, ਜੋ ਹਾਲਾਤ ਦੱਸ ਰਹੇ ਆ, ਕਿਹਾ ਉਹਨੇ ਕਿਹਾ ਕਿ ਤੁਸੀਂ ਮੌਸਮ ਦੇ ਧੌਰ ਭੌਰ ਜਾਣਦੇ ਹੋ, ਔਰ ਆਪਣੇ ਸਮੇਂ ਨੂੰ ਕਿਉਂ ਨਹੀਂ ਜਾਣਦੇ? ਹਾਲੇਲੂਇਆ। ਸਾਨੂੰ ਮੌਸਮਾਂ ਦਾ ਪਤਾ ਹੈ, ਸਾਨੂੰ ਕੱਪੜਿਆਂ ਦਾ ਪਤਾ, ਸਾਨੂੰ ਸਭ ਚੀਜ਼ਾਂ ਦਾ ਨੌਲੇਜ ਆ, ਪਰ ਆਪਣੇ ਸਮੇਂ ਦੇ ਸੰਦੇਸ਼ ਨੂੰ, ਜੋ ਹਾਲਾਤ ਦੱਸ ਰਹੇ ਆ, ਜੋ ਮੈਸੇਜ ਨੇ ਦੱਸਿਆ ਆ, ਕਿੱਥੇ ਨੇ ਉਹ ਲੋਕ ਜੋ ਛਾਤੀਆਂ ਤੇ ਉਹਦਾ ਲਹੂ ਲੈ ਕੇ ਨਿਕਲ ਤੁਰਨਗੇ? ਹਾਲੇਲੂਇਆ। ਇੱਕ ਪੀੜ੍ਹੀ ਚਾਹੀਦੀ ਹੈ, ਨਬੀ ਨੇ ਇੱਕ ਪੀੜ੍ਹੀ ਦੀ ਗੱਲ ਕੀਤੀ ਹੈ। ਹਾਲੇਲੂਇਆ। ਜਦੋਂ ਯੋਏਲ ਨਬੀ ਦੀ ਭਵਿੱਖਬਾਣੀ ਪੂਰੀ ਹੋਈ ਪੈਂਤੀਕੁਸਤ ਦੇ ਦਿਨ, ਤੇ ਪਤਰਸ ਨੇ ਉਸ ਦੇ ਉੱਤੇ ਬੋਲਿਆ, ਉਸਨੇ ਕਿਹਾ ਇਹ ਉਹ ਭਵਿੱਖਬਾਣੀ ਹੈ ਜੋ ਯੋਏਲ ਨਬੀ ਦੀ ਦੇ ਬਾਰੇ ਨੇ ਕੀਤੀ। ਹਾਲੇਲੂਇਆ। ਯੋਏਲ ਨਬੀ ਦੀ ਭਵਿੱਖਬਾਣੀ ਦਾ ਉੱਥੇ ਉਸਨੇ ਪ੍ਰਚਾਰ ਕੀਤਾ, ਔਰ ਯੋਏਲ ਨਬੀ ਦੀ ਭਵਿੱਖਬਾਣੀ ਪੀੜ੍ਹੀਆਂ ਨੂੰ ਲਿਆ ਰਹੀ ਸੀ, ਪੀੜ੍ਹੀਆਂ ਦਾ ਜ਼ਿਕਰ ਕਰ ਰਹੀ ਸੀ। ਉਹ ਦੱਸ ਰਹੀ ਸੀ ਕਿ ਬਜ਼ੁਰਗ ਕੀ ਕਰਨਗੇ, ਉਹ ਦੱਸ ਰਹੀ ਸੀ ਕਿ ਜਵਾਨ ਕੀ ਕਰਨਗੇ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋਵੇ। ਅਸੀਂ ਬਾਈਬਲ ਦੇ ਵਿੱਚੋਂ ਪੜ੍ਹਿਆ ਹੈ ਪਹਿਲਾ ਰਾਜਾ, ਉਸਦਾ ਇੱਕ ਅਧਿਆਇ 1-4 ਤੱਕ ਪੜ੍ਹਿਆ ਕਿ ਦਾਊਦ ਬੁੱਢਾ ਹੋ ਗਿਆ। ਦਾਊਦ ਕੀ ਹੋ ਗਿਆ? ਬੁੱਢਾ ਹੋ ਗਿਆ। ਔਰ ਜਦੋਂ ਦਾਊਦ ਬੁੱਢਾ ਹੋ ਗਿਆ ਤੇ ਉਹਨੂੰ ਇੱਕ ਬਿਮਾਰੀ ਲੱਗ ਗਈ। ਕੀ ਲੱਗ ਗਈ ਭਲਾ? ਬਿਮਾਰੀ। ਬਿਮਾਰੀ ਉਹਦੀ ਇਹ ਸੀ ਵੀ ਉਹਦਾ ਸਰੀਰ ਗਰਮ ਨਹੀਂ ਸੀ ਹੁੰਦਾ,
ਲੱਗੀ ਸਮਝ? ਆਮੇਨ। ਦਾਊਦ ਕੀ ਹੋ ਗਿਆ? ਬੁੱਢਾ ਹੋ ਗਿਆ। ਬੁੱਢਾ ਬੁੱਢਾ ਬਿਰਧ ਹੋ ਗਿਆ। ਹਾਂ, ਬੁੱਢਾ ਬੁੱਢਾ ਬਿਰਧ ਹੋ ਗਿਆ, ਯਾਨੀ ਕਿ ਬਜ਼ੁਰਗ ਹੋ ਗਿਆ ਹਨਾ। ਉਹਨੂੰ ਬੁਢਾਪੇ ਚ ਇੱਕ ਨੁਕਸ ਪੈ ਗਿਆ। ਨੁਕਸ ਇਹ ਹੀਗਾ ਵੀ ਉਹ ਕੀ ਨਹੀਂ ਹੁੰਦਾ, ਨਿੱਘਾ ਨਹੀਂ ਹੁੰਦਾ, ਗਰਮ ਨਹੀਂ ਹੁੰਦਾ। ਆਮੇਨ। ਤੇ ਹੈ ਰਾਜਾਈ ਤੇ ਰਾਜੇ ਦੇ ਮਹਿਲ ਚ ਕਈ ਤਰ੍ਹਾਂ ਦੇ ਮਸਾਲੇ ਸੀ। ਆਮੇਨ। ਉਹ ਦੂਜਿਆਂ ਰਾਜਿਆਂ ਕੋਲ ਵੀ ਮੰਗਾ ਸਕਦਾ ਸੀਗਾ, ਮਕਾਏ ਹੋਣਗੇ ਵੀ। ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ, ਕਈ ਤਰ੍ਹਾਂ ਦੇ ਕੱਪੜੇ, ਕਈ ਤਰ੍ਹਾਂ ਦਾ ਉਹਦੇ ਕੋਲ ਹਰ ਇੱਕ ਉਹਦੇ ਗਰਮ ਕਰਨ ਦੇ ਲਈ ਸਹੂਲਤ ਸੀ, ਕਿਉਂਕਿ ਉਹ ਰਾਜਾ ਸੀਗਾ। ਹਾਲੇਲੂਯਾ। ਪਰ ਫਿਰ ਵੀ ਉਹਦਾ ਸਰੀਰ ਗਰਮ ਸਰੀਰ ਗਰਮ ਨਹੀਂ ਸੀ ਹੁੰਦਾ। ਹਾਲੇਲੂਯਾ। ਉਹਦੇ ਟੈਲਵਾਂ ਵਿੱਚੋਂ ਉਹਦੇ ਟੈਲਵਾਂ ਵਿੱਚੋਂ ਉਹਨਾਂ ਨੇ ਕਿਹਾ ਕਿ ਸਾਡੇ ਮਹਾਰਾਜ ਦੇ ਲਈ ਇੱਕ ਨੌਜਵਾਨ ਲੜਕੀ ਲੱਭੀ ਜਾਏ। ਦਾਊਦ ਕੀ ਹੋ ਗਿਆ? ਇਹ ਉਹੋ ਹੀ ਦਾਊਦ ਆ ਜਿਹਨੇ ਰਿਛ ਨੂੰ ਪਾੜ ਦਿੱਤਾ, ਜਿਹਨੇ ਸ਼ੇਰ ਦੇ ਮੂੰਹ ਵਿੱਚੋਂ ਆਪਣੀ ਭੇਡ ਨੂੰ, ਜਿਹਨੇ ਗੋਲੀਅਤ ਦੀ ਤਲਵਾਰ ਦੇ ਨਾਲ ਗੋਲੀਅਤ ਦਾ ਸਿਰ ਉਡਾ ਦਿੱਤਾ। ਪਰ ਅੱਜ ਕੀ ਹੋ ਗਿਆ? ਤੇਰਾ ਭਲਾ ਮੈਂ ਆਖਿਆ ਹੀ ਨਾ। ਹਾਲੇਲੂਯਾ। ਹੁਣ ਸੁਣੋ ਧਿਆਨ, ਇਹ ਉਹੋ ਹੀ ਦਾਊਦ ਆ ਜਿਹਨੇ ਗੋਲੀਅਤ ਨੂੰ ਮਾਰਿਆ, ਜਿਹਨੇ ਆਪਣੀ ਭੇਡ ਨੂੰ ਛੁਡਾਇਆ। ਇਹਦੇ ਕਿੱਸੇ ਬੜੇ ਮਹਾਨ ਆ, ਇਹਦੇ ਕਿੱਸੇ ਬੜੇ ਵੱਡੇ ਆ, ਇਹਦੇ ਕਿੱਸੇ ਇੰਨੇ ਮਹਾਨ ਆ ਕਿ ਪ੍ਰਭੂ ਨੂੰ ਇੰਨਾ ਪਸੰਦ ਆਇਆ, ਇੱਕ ਚਰਵਾਹੇ ਨੂੰ ਉਸਨੇ ਰਾਜਾ ਬਣਾ ਦਿੱਤਾ। ਹਾਲੇਲੂਯਾ। ਇਹ ਉਹੋ ਹੀ ਦਾਊਦ ਆ। ਹਾਂਜੀ ਹਾਂਜੀ ਹਾਂਜੀ। ਇਹ ਉਹ ਹੀ ਦਾਊਦ ਆ। ਆਮੇਨ ਆਮੇਨ। ਜਿਹਦੇ ਲਈ ਸਾਮੁਅਲ ਨਬੀ ਖੜਾ ਰਿਹਾ ਸਿੰਘ ਚ ਤੇਲ ਭਰ ਕੇ। ਆਮੇਨ। ਇਹ ਉਹ ਹੀ ਦਾਊਦ ਆ। ਆਮੇਨ ਆਮੇਨ। ਜਿਹਦੇ ਜਿੰਨੂੰ ਜਿਹਦੇ ਪਿਓ ਯੱਸੀ ਨੇ ਬਾਕੀਆਂ ਨੂੰ ਘਰੇ ਰੱਖਿਆ ਸੀਗਾ, ਇਹਨੂੰ ਭੇਡਾਂ ਚਾਰਨ ਤੋਰਿਆ ਸੀ। ਹਾਲੇਲੂਯਾ। ਉਹ ਹੀ ਆ ਜਿਹਦੇ ਤੇ ਸਿੰਘ ਦਾ ਤੇਲ ਡੋਲਿਆ ਗਿਆ। ਇਤਿਹਾਸ ਸੀ, ਇਹ ਤੇ ਉਹਦਾ ਕੀ ਸੀ? ਪਤਾ ਇਤਿਹਾਸ ਸੀਗਾ, ਪਰ ਵਰਤਮਾਨ ਚ ਕੰਡੀਸ਼ਨ ਕੀ ਹੈ ਉਹਦੀ? ਬੁੱਢਾ ਹੋ ਗਿਆ ਔਰ ਕੋਈ ਮਸਾਲੇ ਨੂੰ ਗਰਮ ਨਹੀਂ ਸੀ ਕਰ ਸਕਦੇ, ਕੱਪੜੇ ਨੂੰ ਗਰਮ ਨਹੀਂ ਸੀ ਕਰ ਸਕਦੇ, ਔਰ ਬਥੇਰੇ ਉਹਦੀਆਂ ਤਲੀਆਂ ਝਸਦੇ ਹੋਣਗੇ ਹਨਾ, ਕਈ ਕੁਛ ਕਰਦੇ ਹੋਣਗੇ, ਪਰ ਇਹਨੂੰ ਦਾਊਦ ਨੂੰ ਗਰਮ ਨਹੀਂ ਸੀ ਕਰ ਸਕਦੇ। ਔਰ ਫਿਰ ਉਹਨਾਂ ਨੇ ਕਿਹਾ ਕਿ ਇਹਦੇ ਲਈ ਇੱਕ ਜਵਾਨ ਲੜਕੀ ਚਾਹੀਦੀ। ਕਿਹੜੀ? ਕਿਹਦੇ ਵਾਸਤੇ? ਕਿਹੜੀ ਕੰਡੀਸ਼ਨ ਹੈ ਉਹਦੀ? ਬੁੱਢਾ ਆ, ਠੰਡਾ ਆ, ਪਰ ਇਹਨੂੰ ਚਾਹੀਦੀ ਕੌਣ ਆ? ਇੱਕ ਜਵਾਨ ਲੜਕੀ ਚਾਹੀਦੀ ਹੈ। ਉਹਨਾਂ ਨੇ ਸਾਰੀਆਂ ਹੱਦਾਂ ਚ ਸਾਰੀ ਜਗ੍ਹਾ ਜਾ ਕੇ ਦੇਖਿਆ। ਹਾਲੇਲੂਯਾ। ਕਿੰਨੀਆਂ ਚਾਹੀਦੀਆਂ ਸੀ? ਇੱਕੋ ਹੀ ਚਾਹੀਦੀ। ਪਰ ਜਦੋਂ 99 ਲੱਭਣ ਨਿਕਲੇ, ਪ੍ਰਚਾਰ ਉਹਨਾਂ ਦਾ ਬੜਾ ਜ਼ਬਰਦਸਤ ਸੀ, ਅਨੋਖਾ ਹੀ ਸੀ ਪ੍ਰਚਾਰ, ਸਿੱਧਾ ਹੀ ਸ੍ਰੇਸ਼ਟ ਗੀਤ ਦਾ ਹੈ। ਕਿੰਨੇ ਸਮਝ? ਹਾਲੇਲੂਯਾ।
ਪ੍ਰਚਾਰ ਉਹਨਾਂ ਦਾ ਸਿੱਧਾ ਸ਼੍ਰੇਸ਼ਟ ਗੀਤ ਦਾ ਸੀਗਾ। ਆਮੇਨ 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 ਹਾਲੇਲੂਇਆ ਹਾਲੇਲੂਇਆ। ਕਿਉਂਕਿ ਜਿਹੜੇ ਘਰ ਚ ਜਾਂਦੇ ਸੀ, ਹਾਂਜੀ ਕੀ ਕਰਨ ਆਏ ਜੇ, ਸਾਡਾ ਮਹਾਰਾਜ ਜਿੰਨੇ ਗੋਲੀਅਤ ਦਾ ਸਿਰ ਉਡਾਇਆ ਸੀ, ਹੁਣ ਆਪਣੀ ਉਮਰ ਦੇ ਹਿਸਾਬ ਨਾਲ ਬੁੱਢਾ ਹੋ ਗਿਆ ਤੇ ਗਰਮ ਨਹੀਂ ਹੋ ਰਿਹਾ। ਹਾਂਜੀ ਅੱਗੇ ਦੱਸੋ। ਕਹਿੰਦੇ ਕਿ ਇੱਕ ਜਵਾਨ ਲੜਕੀ ਚਾਹੀਦੀ ਹੈ ਤਾਂ ਕਿ ਉਹਦੇ ਸਾਹਮਣੇ ਖਲੋਤੀ ਰਿਹਾ ਕਰੇ ਤੇ ਉਹਦੀ ਹਿੱਕ ਤੇ ਲੇਟਿਆ ਕਰੇ। ਕੀ ਮੈਂ ਬਾਈਬਲ ਹੀ ਪੜ੍ਹੀ ਤੇ ਬੋਲੋ ਕੋਈ ਫਿਰ ਹਾਲੇਲੂਇਆ ਆਮੇਨ। ਇਹ ਪ੍ਰਚਾਰ ਸੀ ਉਹਨਾਂ ਦਾ। ਆਮੇਨ। ਮੰਨ ਲਓ ਦੋ ਟੈਲਵੇ ਗਏ ਹੋਣੇ ਜੋ ਬੂਹੇ ਅੱਗੇ ਖਲੋਂਦੇ, ਤੂੰ ਗੱਲ ਕਰ ਭਰਾ ਮੇਰੇ ਕੋਲ ਨਹੀਂ ਹੋਣੀ, ਤੂੰ ਗੱਲ ਕਰ ਕਿਉਂਕਿ ਸਿੱਧਾ ਹੀ ਮੋਹਰਾਂ ਦਾ ਪ੍ਰਚਾਰ ਤੂੰ ਲੈ ਕੇ ਆਇਆ। ਹਾਲੇਲੂਇਆ ਹਾਲੇਲੂਇਆ। ਇਹ ਤੇ ਪ੍ਰਚਾਰ ਇੰਨਾ ਔਖਾ ਆ, ਜੇ ਕੋਈ ਹੋਰ ਚੀਜ਼ ਦੀ ਮੰਗ ਹੁੰਦੀ ਲੋਕ ਜ਼ਰੂਰ ਦਿੰਦੇ, ਪਰ ਲੱਭਦਿਆਂ ਲੱਭਦਿਆਂ ਹੱਥਾਂ ਫਿਰੀਆਂ ਉਹਨਾਂ ਨੇ, ਕੋਨਾ ਕੋਨਾ ਫਿਰਿਆ। ਆਖਰ ਉਹਨਾਂ ਨੂੰ ਇੱਕ ਲੱਭ ਹੀ ਪਈ।
ਹਾਲੇਲੂਇਆ ਹਾਲੇਲੂਇਆ ਧੰਨਵਾਦ ਖੁਦਾਵੰਦ ਪ੍ਰਭੂ ਯਿਸੂ ਮਸੀਹ ਦਾ ਟੈਲੂਆਂ ਦੇ ਕੋਲੇ ਪਹਿਲਾ ਸੰਦੇਸ਼ ਸੀਗਾ ਟੈਲੂਏ ਲੈ ਕੇ ਨਿਕਲੇ ਸਨ ਦਾਊਦ ਨੂੰ ਦੁਬਾਰਾ ਗਰਮ ਕਰਨ ਦਾ ਸੰਦੇਸ਼ ਸੀ ਹਾਲੇਲੂਇਆ ਗਰਮ ਠੰਡੇ ਸਰੀਰ ਦੇ ਲਈ ਇੱਕ ਗਰਮ ਚਾਹੀਦਾ ਸੀ ਆਮੇਨ ਇੱਕ ਪੂਰੀ ਜਵਾਨ ਕੁਆਰੀ ਲੜਕੀ ਚਾਹੀਦੀ ਸੀ ਹਾਲੇਲੂਇਆ ਕਿੰਨਾ ਔਖਾ ਸੀਗਾ ਤੈਨੂੰ ਅੱਗੇ ਲੱਭਣਾ ਔਰ ਤੈਨੂੰ ਇਹ ਕਿਹੜੇ ਹਿਸਾਬ ਨਾਲ ਗੱਲ ਕਰਦੇ ਹੋਣਗੇ ਧੰਨਵਾਦ ਹੋਵੇ ਉਹਨਾਂ ਨੂੰ ਪਿੱਛੇ ਆਪਣਾ ਰਾਜਾ ਵੀ ਦਿਸ ਰਿਹਾ ਸੀ ਆਪਣੇ ਰਾਜੇ ਦੇ ਖਾਤਰ ਉਹਨਾਂ ਨੇ ਗੱਲਾਂ ਦੱਸੀਆਂ ਚਾਹੇ ਉਹਨਾਂ ਨੂੰ ਕੁਛ ਵੀ ਕਿਹਾ ਗਿਆ ਉਹਨਾਂ ਨੇ ਸੁਣਿਆ ਪਰ ਧੰਨਵਾਦ ਉਹਨਾਂ ਦੇ ਹੱਥਾਂ ਚ ਜਿੱਥੇ ਇਨਕਾਰੀ ਬੈਠੇ ਸਨ ਕੋਈ ਚੁਣੀ ਹੋਈ ਸ਼ਮੂਮੀ ਅਭਿਸ਼ਾਪੀ ਸੀ ਹਾਲੇਲੂਇਆ ਜਵਾਨ ਸੀ ਆਮੇਨ ਉਹਦੇ ਸਾਹਮਣੇ ਪੇਸ਼ ਕੀਤਾ ਗਿਆ ਬਾਈਬਲ ਚ ਲਿਖਿਆ ਸੋਹਣੀ ਜਵਾਨ ਵੀ ਸੀ ਤੇ ਸੋਹਣੀ ਵੀ ਸੀ ਹਾਲੇਲੂਇਆ ਜਦੋਂ ਲਿਆਂਦਾ ਗਿਆ ਦਾਊਦ ਦੇ ਸਾਹਮਣੇ ਖੜੀ ਰਹਿੰਦੀ ਸੀ ਔਰ ਦਾਊਦ ਦੀ ਛਾਤੀ ਤੇ ਲੇਟਦੀ ਸੀ ਔਰ ਦਾਊਦ ਗਰਮ ਹੁੰਦਾ ਸੀ ਹਾਲੇਲੂਇਆ ਇਹ ਦਾਊਦ ਬੁੱਢਾ ਹੋ ਗਿਆ ਆ ਪਰ ਇਹਦੇ ਲਈ ਜਵਾਨ ਲੜਕੀ ਚਾਹੀਦੀ ਹੈ ਹਾਲੇਲੂਇਆ ਧੰਨਵਾਦ ਪ੍ਰਭੂ ਯਿਸੂ ਮਸੀਹ ਦਾ ਭੈਣੋ ਭਰਾਓ ਅਸੀਂ ਦੇਖਦੇ ਹਾਂ ਬਾਈਬਲ ਦੀਆਂ ਕਹਾਣੀਆਂ ਜੋ ਵੀ ਬਾਈਬਲ ਚ ਲਿਖਿਆ ਗਿਆ ਉਹਦਾ ਸਰੀਰ ਦੇਖਣ ਨੂੰ ਔਰ ਆਤਮਿਕ ਦੇਖਣ ਨੂੰ ਕੁਝ ਹੋਰ ਮਿਲਦਾ ਹੈ ਧੰਨਵਾਦ ਲਾੜੀ ਦੀਆਂ ਅੱਖਾਂ ਨੂੰ ਸੁਰਮਾ ਲਗਾਇਆ ਗਿਆ ਲੇਕਿਨ ਉਹ ਦਾਊਦ ਨੇ ਹੁਣ ਕੁਛ ਨਹੀਂ ਸੀ ਕਰ ਸਕਦੀਆਂ ਦਾਊਦ ਦਾ ਵੱਖਰਾ ਸਾਰਾ ਕੁਛ ਉਹਨਾਂ ਕਰ ਦਿੱਤਾ ਸੀ ਉਹ ਦਾਊਦ ਲਈ ਕੁਛ ਨਹੀਂ ਸੀ ਕਰ ਸਕਦੀਆਂ ਦਾਊਦ ਦੇ ਮਹਿਲ ਦੇ ਵਿੱਚੋਂ ਕੋਈ ਨਹੀਂ ਲੱਭੀ ਉਹਨਾਂ ਹੱਦਾਂ ਸਰਹੱਦਾਂ ਦੇ ਵਿੱਚੋਂ ਉਹ ਲੋਕਾਂ ਦੇ ਵਿੱਚ ਗਏ ਇੰਨਾ ਔਖਾ ਸੰਦੇਸ਼ ਲੈ ਕੇ ਪਰ ਕਿੰਨੀਆਂ ਭੀੜਾਂ ਦੇ ਵਿੱਚੋਂ ਇੱਕ ਨੇ ਹੀ ਰਾਜਮਹਿਲ ਆਉਣ ਲਈ ਹਾਂ ਕੀਤੀ ਹਾਲੇਲੂਇਆ ਪਰ ਹੁਣ ਫੇਰ ਇੱਕ ਜਵਾਨ ਚਾਹੀਦਾ ਹੈ
जवान लहू शर्म नहीं की शर्म नहीं की राजे के सामने खड़ी सी हालेलुया एक उते लेट दी सी हालेलुया धन्यवाद प्रभु यीशु मसीह दा असीं देखदियां भैणो भराओ ए संदेश इन्हां दिनां च दम दम जा रहा है लोग चर्चा दे विच रह गए हन और जे कोई 10 साल चर्च विच आउंदा रो रो के दवाई दवाई नहीं जांदा दवाई दई जांदा दिंदा ते अपने चर्च विच ही है ना किन्ने समझे मैसेज का काम डाउन डाउन जा रहा है असि विलियम ब्रानहम नहीं प्रचार कर सकते क्योंकि बच्चे बच्चे के बारे बोलिया और बच्चे के अंग पैर जुड़ गए असि ये प्रचार सानू नहीं बचाएगा हालेलुया ओदी अपनी अग सी साडे युग विच चिंता करो मेनू याद दवाओ की जो मैसेज चाहे दुआवा नहीं बड़िया करते रहे की मैसेज पढ़ते पढ़ते रो नहीं पे रहे की तुहानू हवाले याद नहीं सी हुंदे फलाना नंबर पहला और फलाने नंबर पेज विच फलाने मैसेज विच आ लिखिया किथे रहो और धन्यवाद होवे दोबारा गर्मी चाहिए अभिषेक के उत्ते आख्या क्योंकि यही वो आ जो दाऊद नू जिंदा रख सके आमीन क्योंकि गर्मी का मतलब ताजगी का मतलब सी दाऊद की उम्र का वधना और वो उन्हूं उदे बारे सोचन लग पिया उदे बारे गलत गल्लां करन लग पिया हालेलुया हालेलुया उन्हें टंडोरा पिटा दिता के राजा मैं वा बिल्कुल ज्यादा समा नहीं उन्हें कुछ नकली बंदे अपने नाल रलाए ते उन्हें क्या के दाऊद दी जगह हुन राजा मैं वा सुनो बड़े ध्यान दे नाल गल समझ लग जानी तुहानू आमीन आमीन और बादशाह नूं पता लगा जिहड़ी सुलेमान दी मां सी सच है वो दाऊद दे कोल आई उन्हें क्या के एक ता हो सकता तू तो क्या है मेरे तो बाद सुलेमान होएगा वो कहता मैं नूनी है कलता पता आज आज उन्हें चोरी चोरी अपने ना की रड़ा ले बंदे रड़ा ले बंदे रड़ा ले जो तो उन्हें चोरी अपने ना बंदे रड़ा ले ना उन्हें सुलेमान नू सद्या
ਨਾਵ ਨੇ ਉਸ ਸਮੇਂ ਦੇ ਨਬੀ ਨਥਾਨ ਨੂੰ ਸੱਦਿਆ। ਸੱਚ ਹੈ, ਸੱਚ ਹੈ। ਸਮਰਾ ਗਏ ਆਮੇਨ ਆਮੇਨ। ਔਰ ਜਦੋਂ ਨਥਾਨ ਉਹਦੇ ਕੋਲ ਗਿਆ, ਉਹਨੇ ਕਿਹਾ ਮੈਨੂੰ ਵੀ ਨੀ ਸੱਦਿਆ ਗਿਆ, ਸੁਲੇਮਾਨ ਨੂੰ ਨੀ ਸੱਦਿਆ ਗਿਆ, ਤੁਸੀਂ ਇਹ ਕੰਮ ਕੀਤਾ? ਕਹਿੰਦਾ ਨਹੀਂ ਮੈਂ ਨੀ ਇਹ ਕੰਮ ਕੀਤਾ। ਉਹਨੇ ਕਿਹਾ ਮੇਰੀ ਜਗ੍ਹਾ ਸੁਲੇਮਾਨ ਨੂੰ ਹੀ ਮਿਲੇਗੀ। ਹਾਲੇਲੂਯਾ, ਮੇਰੀ ਜਗ੍ਹਾ ਸੁਲੇਮਾਨ ਨੂੰ ਮਿਲੇਗੀ। ਚਲੋ ਸੁਲੇਮਾਨ ਦੇ ਅੱਗੋਂ ਉਹ ਭੱਜ ਗਿਆ ਅਦੋਨੀਆ। ਹੁਣ ਬਾਦਸ਼ਾਹ ਦੇ ਕੋਲ ਗਿਆ ਸੁਲੇਮਾਨ ਦੀ ਮਾਂ ਦੇ ਕੋਲ। ਬਾਈਬਲ ਚ ਲਿਖਿਆ ਸੁਲੇਮਾਨ ਦੀ ਮਾਂ ਦੇ ਕੋਲ ਗਿਆ। ਸੁਲੇਮਾਨ ਦੀ ਮਾਂ ਨੂੰ ਜਾ ਕਹਿੰਦਾ ਵੀ ਉਹ ਤੇ ਰਾਜਾ ਕਿਆ ਬਣ, ਤੇ ਤੂੰ ਮੇਰੇ ਲਈ ਇੱਕ ਕੰਮ ਕਰੇਂਗੀ? ਹੁਣ ਕਿਹਾ ਦੱਸ ਸੁੱਖ ਸਾਂਦੀ ਆ ਨਾ? ਕਹਿੰਦਾ ਸੁੱਖ ਸਾਂਦੀ ਆ। ਕਹਿੰਦਾ ਕਿ ਤੂੰ ਸੁਲੇਮਾਨ ਨੂੰ ਜਾ ਕੇ ਕਹਿ ਕਿ ਤੂੰ ਜੇ ਰਾਜਾ ਬਣ ਗਿਆ ਵਾ, ਉਹ ਜਿਹੜੀ ਲੜਕੀ ਹੈ ਨਾ ਉਹ ਮੈਨੂੰ ਚਾਹੀਦੀ ਚਾਹੀਦੀ। ਦੇਖੋ ਜਦੋਂ ਇਹ ਰਾਜਾ ਬਣ ਗਿਆ ਹੈ ਨਾ, ਸਵਾਲ ਇਹ ਹੈ ਕਿ ਇਹ ਰਾਜਗੱਦੀ ਮਾਰਿਆ ਰਾਜਾ ਬਣਿਆ? ਨਹੀਂ, ਰਾਜਗੱਦੀ ਮਾਰਿਆ ਰਾਜਾ ਨਹੀਂ ਇਹ ਬਣਿਆ, ਕਿਉਂਕਿ ਰਾਜਗੱਦੀ ਜਦੋਂ ਇਹਨੇ ਰਾਜਾ ਬਣ ਗਿਆ ਤੇ ਫਿਰ ਉਹ ਲੜਕੀ ਵੀ ਉਹਦੀ ਸੀ ਜਿਹੜੀ ਤਾਉ ਦੀ ਹਿੱਕ ਉੱਤੇ ਲੇਟਦੀ ਸੀ। ਇਹਨੇ ਆਪਣੀ ਅੰਦਰਲੀ ਇੱਛਾ ਜਿਹੜੀ ਹੈ ਉਹ ਪ੍ਰਗਟ ਕਰ ਦਿੱਤੀ ਸੁਲੇਮਾਨ ਦੀ ਮਾਂ ਦੇ ਕੋਲ ਜਾ ਕੇ। ਸੁਲੇਮਾਨ ਦੀ ਮਾਂ ਨੇ ਕਿਹਾ ਸੁਲੇਮਾਨ ਨੂੰ ਜਾ ਕੇ, ਆਓ ਪੜ੍ਹਦੇ ਹਾਂ ਥੋੜ੍ਹਾ ਜਿਹਾ ਪਹਿਲਾ ਰਾਜਾ। ਦੋ ਦੀ 13 ਤੋਂ ਉਪਰੰਤ ਹਗੀਤ ਦਾ ਪੁੱਤਰ ਅਦੋਨੀਆ ਸੁਲੇਮਾਨ ਦੀ ਮਾਤਾ ਬਾਦਸ਼ਾਹ ਕੋਲ ਆਇਆ। ਅੱਗੋਂ ਉਸ ਆਖਿਆ ਤੂੰ ਸੁਲਾ ਨਾਲ ਆਇਆ ਹੈ? ਤਾਂ ਉਸ ਆਖਿਆ ਸੁਲਾ ਨਾਲ ਹੀ। ਫਿਰ ਉਸ ਆਖਿਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਉਸ ਆਖਿਆ ਬੋਲ। ਤਾਂ ਉਸ ਆਖਿਆ ਤੂੰ ਜਾਣਦੀ ਹੈ ਕਿ ਰਾਜ ਤਾਂ ਮੇਰਾ ਸੀ ਅਤੇ ਉਸ ਵੇਲੇ ਸਾਰੇ ਇਸਰਾਇਲ ਦਾ ਮੂੰਹ ਮੇਰੇ ਉੱਤੇ ਸੀ ਅਤੇ ਮੈਂ ਰਾਜ ਕਰਾਂ, ਮੂੰਹ ਮੇਰੇ ਉੱਤੇ ਸੀ ਕਿ ਮੈਂ ਰਾਜ ਕਰਾਂ, ਪਰ ਰਾਜ ਉਲਟ ਗਿਆ ਤੇ ਮੇਰੇ ਭਰਾ ਦਾ ਹੋ ਗਿਆ, ਕਿਉਂ ਜੋ ਉਹ ਯਹੋਵਾ ਦੇ ਵੱਲੋਂ ਉਹਦਾ ਹੀ ਸੀ। ਹੁਣ ਮੈਂ ਤੈਥੋਂ ਇੱਕ ਗੱਲ ਮੰਗਦਾ ਹਾਂ, ਤੂੰ ਮੇਰਾ ਬੋਲ ਨਾ ਬੋਲੀ। ਉਸ ਆਖਿਆ ਬੋਲ। ਤਾਂ ਉਸ ਆਖਿਆ ਦਿਆ ਕਰਕੇ ਸੁਲੇਮਾਨ ਪਾਤਸ਼ਾਹ ਨੂੰ ਆਖ ਕੇ ਆਖ, ਕਿਉਂ ਜੋ ਉਹ ਤੇਰੀ ਗੱਲ ਨਾ ਮੋੜੇਗਾ ਕਿ ਉਹ ਅਭਿਸ਼ਕ ਸੁਨੰਮੀ ਨੂੰ ਮੇਰੀ ਪਤਨੀ ਹੋਣ ਲਈ ਦਵੇ। ਲੱਭ ਗਈ ਗੱਲ ਕਿ ਨਹੀਂ? ਉਹਨੂੰ ਗੱਦੀ ਨਹੀਂ ਚਾਹੀਦੀ, ਉਹਨੂੰ ਉਹ ਲੜਕੀ ਚਾਹੀਦੀ। ਖੁਦਾਵੰਦ ਪ੍ਰਭੂ ਯਿਸੂ ਮਸੀਹ ਨੇ ਕਿਹਾ, ਉਸਨੇ ਕਿਹਾ ਸ਼ਮਾਉਨ ਸ਼ਮਾਉਨ, ਸ਼ੈਤਾਨ ਨੇ ਮੇਰੇ ਕੋਲੋਂ ਤੁਹਾਨੂੰ ਮੰਗਿਆ ਹੈ ਕਿ ਕਣਕ ਵਾਂਗ ਪਟਕਾਂ, ਬੁਰਾ ਹਾਲ ਕਰਾਂ। ਖੁਦਾਵੰਦ ਯਿਸੂ ਮਸੀਹ ਨੇ ਕਿਹਾ ਪਰ ਮੈਂ ਤੇਰੇ ਲਈ ਦੁਆ ਕਰ ਦਿੱਤੀ। ਆਮੇਨ। ਉਹਨੂੰ ਉਹ ਲੜਕੀ ਚਾਹੀਦੀ ਸੀ। ਅੱਜ ਵੀ ਸ਼ੈਤਾਨ ਨੂੰ ਇਹ ਪੀੜ੍ਹੀ ਚਾਹੀਦੀ ਹੈ ਤਾਂ ਕਿ ਸ਼ੈਤਾਨ ਬੁਰਿਆਂ ਹਾਲਾਤਾਂ ਚ ਬਦਨਾਮੀਆਂ ਚ ਇਸੋਂ ਪਟ ਜਾਏ। ਪਰ ਮੈਂ ਉਛੜ ਉਛੜ ਕੇ ਕਵਾਂਗਾ ਕਿ ਉਹ ਕਿੱਦਾਂ ਇਹ ਕਰ ਸਕਦਾ ਹੈ, ਉਹਦੀ ਸੁਰਤ ਕਿੱਦਾਂ ਪੈ ਸਕਦੀ ਹੈ, ਕਿਉਂਕਿ ਇਸ ਪੀੜ੍ਹੀ ਲਈ ਤੇ ਦੁਆ ਕਰਦੀ।
ਦਿਓ ਜਵਾਨ ਉਹ ਇਸ ਨੂੰ ਹੱਥ ਨਹੀਂ ਲਾ ਸਕਦਾ ਨਜ਼ਰ ਰੱਖ ਸਕਦਾ ਹੈ ਉਹਦੇ ਨੇੜੇ ਆ ਸਕਦਾ ਹੈ ਉਹ ਜਾਣ ਦੋ ਆਦਮੀ ਇੰਨੇ ਨੇੜੇ ਹੋਣਗੇ ਹੋ ਸਕਿਆ ਤੇ ਚੁਣੇ ਹੋਇਆਂ ਨੂੰ ਪਰਮਾਤਮਾ ਵਿੱਚ ਪਾ ਪਰ ਨਬੀ ਨੇ ਕਿਹਾ ਚੇ ਚੁਣੇ ਹੋਏ ਆ ਉੱਧਰ ਪੈ ਹੀ ਨਹੀਂ ਸਕਦੇ ਇੱਕ ਪੀੜ੍ਹੀ ਆ ਜਿਹੜੀ ਪਰਮਾਤਮਾ ਵਿੱਚ ਨਹੀਂ ਆਏਗੀ ਪੀੜ੍ਹੀ ਆ ਜੋ ਯਿਸੂ ਮਸੀਹ ਦੀ ਪੀੜ੍ਹੀ ਆ ਜੋ ਇਸ ਸੰਸਾਰ ਨੂੰ ਲਾ ਕੇ ਰੱਖ ਲਵੇਗੀ ਉਹਦੇ ਤੇ ਆਖਿਆ ਦਸ ਬਜ਼ੁਰਗ ਨੂੰ ਤੂੰ ਇਹ ਸੋਚ ਲਿਆ ਕਿ ਦਾਊਦ ਨੇ ਮਾਰੀ ਜਾਣਾ ਮੈਂ ਪਹਿਲੇ ਰਾਜ ਚੋਰੀ ਸਾਂਭ ਲੈਂਦਾ ਹਨਾ ਕਿੰਨੇ ਦੁੱਖ ਦੀ ਗੱਲ ਹੈ ਉਹ ਰਾਜ ਨਹੀਂ ਸੀ ਚਾਹੁੰਦਾ ਉਹ ਉਸ ਯੁੱਗ ਦੀ ਬੇਦਾਰੀ ਚਾਹੁੰਦਾ ਉਹ ਜਾਣਦਾ ਸੀਗਾ ਕਿ ਇਹ ਲੱਭ ਪਈ ਆ ਉਹ ਜਾਣਦਾ ਸੀਗਾ ਕਿ ਇਹੀ ਆ ਜਿਹਦੇ ਅੰਦਰ ਉਹ ਜਵਾਲਾ ਆ ਇਹੀ ਆ ਜਿਹਦੇ ਅੰਦਰ ਭਰਿਆ ਹੋਇਆ ਪ੍ਰਕਾਸ਼ ਆ ਜੇ ਕਿਤੇ ਇਹਦੇ ਗਿਫਟਾਂ ਨੂੰ ਮੈਂ ਬਰਬਾਦ ਕਰ ਦਵਾਂ ਤੇ ਦਾਊਦ ਮਰ ਜਾਏਗਾ ਜੇ ਕਿਤੇ ਮੈਂ ਇਸ ਨੂੰ ਢੋਲਕੀ ਵਜਾਉਣ ਤੋਂ ਉਖੇੜ ਦਵਾਂ ਜੇ ਕਿਤੇ ਮੈਂ ਇਸਨੂੰ ਗੀਤ ਗਾਉਣ ਤੋਂ ਖੇਡ ਦਵਾਂ ਜੇ ਕਿਤੇ ਮੈਂ ਇਹਨੂੰ ਫੇਰ ਕਰ ਦਵਾਂ ਤੇ ਸਾਰਾ ਚਰਚ ਜਿਹੜੇ ਨਾ ਗੀਤਾਂ ਰਾਹੀਂ ਗਰਮ ਹੁੰਦੇ ਆ ਠੰਡੇ ਪੈ ਜਾਣਗੇ ਮਰ ਜਾਣਗੇ ਹਾਲੇਲੂਯਾ ਹਾਲੇਲੂਯਾ ਇਹੀ ਉਹ ਗੀਤ ਗਾਉਣ ਵਾਲੀ ਪੀੜ੍ਹੀ ਆ ਇਹੀ ਉਹ ਚੰਗੀ ਪੀੜ੍ਹੀ ਆ ਜਵਾਬ ਦੇ ਰਿਹਾ ਕਹਿੰਦਾ ਕਿ ਤੂੰ ਇਹ ਕਿਹੜੀ ਚੀਜ਼ ਮੰਗੀ ਆ
ਤੂੰ ਇੱਦਾਂ ਕਰ, ਤੂੰ ਇੱਦਾਂ ਕਿਹਾ ਵੀ ਰਾਜੀ ਉਹਨੂੰ ਦੇ ਦੇ, ਤੂੰ ਉਹਦੇ ਨਾਲ ਬੜਾ ਪਿਆਰ ਕਰਦੀ ਆ, ਇਹੋ ਜਿਹੀ ਮੰਗ ਲੈ ਕੇ ਆ ਗਈ ਆ, ਤੂੰ ਰਾਜੀ ਉਹਨੂੰ ਦੇ ਦੇ। ਪਰ ਇਹਦਾ ਮਤਲਬ ਹੈ ਸੁਲੇਮਾਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਹਾਲੇਲੂਯਾ। ਸੁਲੇਮਾਨ ਪਾਤਸ਼ਾਹ ਨੇ ਯਹੋਵਾ ਦੀ ਸਹੁੰ ਖਾ ਕੇ ਆਖਿਆ, ਜੇ ਕਦੀ ਅਦੋਨੀਆ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ ਤਾਂ ਪਰਮੇਸ਼ਰ ਮੇਰੇ ਨਾਲ ਵੀ ਜਿਹਾ ਕਰੇ, ਸਗੋਂ ਇਸ ਤੋਂ ਵੀ ਵਧੀ। ਸੋ ਹੁਣ ਜਿਉਂਦੇ ਯਹੋਵਾ ਦੀ ਸਹੁੰ, ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜਗੱਦੀ ਤੇ ਬਿਠਾਇਆ ਹੈ, ਮੇਰੇ ਲਈ ਆਪਣੇ ਵਚਨ ਅਨੁਸਾਰ ਇੱਕ ਘਰ ਬਣਾਇਆ ਹੈ, ਅਦੋਨੀਆ ਅੱਜ ਦੇ ਦਿਨ ਹੀ ਵੱਡਿਆ ਜਾਵੇਗਾ। ਉਸਨੇ ਕਿਹਾ ਅਦੋਨੀਆ ਅੱਜ ਦੇ ਦਿਨ ਹੀ ਵੱਡਿਆ ਜਾਵੇਗਾ, ਅੱਜ ਹੀ ਵੱਡਿਆ ਜਾਵੇਗਾ। ਬਾਈਬਲ ਵਿੱਚ ਲਿਖਿਆ ਮੁਕਤੀ ਦਾ ਦਿਨ ਅੱਜ ਹੀ ਹੈ। ਬਾਦਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਇਆ ਨੂੰ ਘੱਲਿਆ, ਉਹ ਉਸ ਉੱਤੇ ਅਜਿਹਾ ਆਣ ਪਿਆ ਕਿ ਉਹਨੂੰ ਕਿ ਉਹ ਮਰ ਗਿਆ। ਹਾਲੇਲੂਯਾ। ਹਾਲੇਲੂਯਾ। ਕੌਣ ਮਰ ਗਿਆ? ਅਦੋਨੀਆ। ਅਦੋਨੀਆ ਮਰ ਗਿਆ। ਉਹਦੀ ਮੌਤ ਦੀ ਵਜ੍ਹਾ ਕੀ ਸੀ? ਉਹ ਲੜਕੀ। ਉਹ ਲੜਕੀ ਹੱਥ ਹਾਲੇਲੂਯਾ। ਹਾਲੇਲੂਯਾ। ਸ਼ੈਤਾਨ ਦਾ ਨਾਸ਼ ਦੀ ਵਜ੍ਹਾ ਕੌਣ ਆ? ਆਮੇਨ। ਫਿਰ ਨਿਕਲਣਾ ਪਏਗਾ, ਫਿਰ ਕਿਸੇ ਕਈ
ਬਿਦਾਰੀ ਵਿੱਚ ਲੈ ਕੇ ਹਾਲੇਲੂਯਾ ਹਾਲੇਲੂਯਾ ਪਰਵਾਹ ਹੋਵੇ ਪ੍ਰਭੂ ਯਿਸੂ ਮਸੀਹ ਦਾ ਮੈਂ ਕਹਿ ਸਕਦਾ ਹਾਂ ਕਿ ਮੈਂ ਉਪਣੀ ਮੈਂ ਉਪਣੀ ਹਾਂ ਹਾਲੇਲੂਯਾ ਜਿਹੜਾ ਦਾਊਦ ਕਹਿੰਦਾ ਹੈ ਕਿ ਬਾਹਰ ਠੰਡ ਪਈ ਆ ਮੈਂ ਗਲੀ ਚ ਨਹੀਂ ਜਾ ਸਕਦਾ ਮੈਂ ਉਹਦੇ ਲਈ ਸ਼ਰਮਾਉਂਦਾ ਆ ਇਹ ਠੰਡਾ ਪੈ ਗਿਆ ਉਹਨੂੰ ਚਾਹੀਦਾ ਆ ਉਹਨੂੰ ਚਾਹੀਦਾ